कनेडियन मनुखी ट्रायल अजय ਇਸ ਲਈ ਸ਼ੁਰੂ ਨਹੀਂ ਹੋ ਪਾਇਆ ਕਿਉਂਕਿ ਚੀਨੀ ਸਰਕਾਰ ਨੇ ਐਡ 5 ਵੈਂਕੂਵ ਨੂੰ ਕੈਨੇਡਾ ਭੇਜਣ ਨੂੰ ਮਨਜ਼ੂਰੀ ਨਹੀਂ ਦਿੱਤੀ। ਕੈਨੇਡੀਅਨ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਹੈਲਥ ਕੈਨੇਡਾ ਨੇ 16 ਮਈ ਨੂੰ ਐਲਾਨ ਕੀਤਾ ਸੀ ਕਿ ਉਸਨੇ ਕੈਨੇਡਾ ਦੇ ਵਿੱਚ ਮਨੁੱਖੀ ਅਜ਼ਮਾਇਸ਼ਾਂ ਲਈ ਐਡ 5 ਵੈਂਕੂਵ ਨੂੰ ਮਨਜ਼ੂਰੀ ਨਹੀਂ ਦਿੱਤੀ ਜੋ ਕਿ ਕੈਨੇਡੀਅਨ ਸੈਂਟਰ ਫਾਰ ਵੈਕਸਨੋਲੋਜੀ ਦੁਆਰਾ ਹੈਲਫੈਕਸ ਦੇ ਵਿੱਚ ਡਲਹਾਊਜ਼ੀ ਯੂਨੀਵਰਸਿਟੀ ਵਿਖੇ ਕੀਤੀ ਜਾਏਗੀ। ਮਨੁੱਖੀ ਵੈਕਸੀਨ ਟ੍ਰਾਇਲ ਦੇ ਉਮੀਦਵਾਰ ਚੀਨ ਦੇ ਵਿੱਚ ਹੋਰ ਵੀ ਨੇ ਜਿਸ ਦੇ ਨਤੀਜੇ ਇਹ ਦਰਸਾ ਰਹੇ ਨੇ ਕਿ ਚੀਨੀ ਸਰਕਾਰ ਨੇ ਇਸ ਨੂੰ ਆਪਣੀ ਫੌਜ ਦੇ CCV ਦੇ ਡਾਇਰੈਕਟਰ ਡਾ ਸਕੋਟ ਹਲਪੇਰੀਅਨ ਨੇ ਆਖਿਆ ਕਿ ਆਮ ਪ੍ਰਕਿਰਿਆ ਦੇ ਨਾਲੋਂ ਇਸ ਟੈਸਟ ਨੂੰ ਥੋੜਾ ਜਿਹਾ ਤੇਜ਼ੀ ਨਾਲ ਕੀਤਾ ਜਾਣਗੇ ਆਮ ਪ੍ਰਕਿਰਿਆ ਨੂੰ 5 ਸਾਲ ਜਾਂ ਇਸ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ ਉਹਨਾਂ ਆਖਿਆ ਕਿ ਉਹ ਇਹ ਉਮੀਦਕਰੇ ਸੰਨ ਕਿ ਇਸ ਟਰਾਇਲ ਦਾ ਪਹਿਲਾ ਫੇਜ਼ ਦਿਨ ਹਫ਼ਤਿਆਂ ਦੇ ਅੰਦਰ ਅੰਦਰ ਸ਼ੁਰੂ ਹੋ ਜਾਣਾ ਚਾਹੀਦਾ ਹੈ ਪਰ 2 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਇਸਤੇ ਕੈਨੇਡੀਅਨ ਨੋ ਐਗਜ਼ ਐਂਡ ਕੋਵ ਨਹੀਂ ਦਿੱਤਾ ਗਿਆ ਅਜੇ ਤੱਕ ਇਸ ਵੈਕਸੀਨ ਦੀ ਕੋਈ ਵੀ ਖੇਪ ਉਦੇਸ਼ ਤੇ ਵਿੱਚ ਨਹੀਂ ਪਹੁੰਚੀ ਹੈ ਹੈਲਥ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਕਿ ਚੀਨੀ ਅਧਿਕਾਰੀਆਂ ਨੇ ਅਜੇ ਤੱਕ ਇਸ ਵੈਕਸੀਨ ਦੀ ਕਿਸੇ ਵੀ ਖੇਪ ਨੂੰ ਮਨਜ਼ੂਰੀ ਨਹੀਂ ਦਿੱਤੀ ਹੈਲਥ ਕੈਨੇਡਾ ਦੇ ਇੱਕ ਬੁਲਾਰੇ ਨੇ ਇਹ ਵੀ ਦੱਸਿਆ ਕਿ ਚੀਨੀ ਅਧਿਕਾਰੀਆਂ ਨੇ ਇਥੇ ਸੰਭਾਵਿਤ ਟੀਕਾਪੇਜੰਤ ਤੇ ਅਜੇ ਹਸਤਾਖਰ ਜੋਇਆ ਉਹ ਨਹੀਂ ਕੀਤੇ ਐਂਡਰੇ ਗੈਗਨੋਂ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਫੇਜ਼ 1 ਦੇ ਕਲੀਨਿਕਲ ਅਜਮਾਇਸ਼ਾਂ ਦੇ ਲਈ ਟੀਕੇ ਦੇ ਉਮੀਦਵਾਰ ਨੂੰ ਅਜੇ ਤੱਕ ਚੀਨੀ ਰਿਵਾਜਾਂ ਦੁਆਰਾ ਕੈਨੇਡਾ ਭੇਜਣ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਸਰਕਾਰ ਨੇ ਮਈ ਦੇ ਵਿੱਚ ਐਲਾਨ ਕੀਤਾ ਸੀ ਕਿ ਉਹ ਮੋਂਟਰੀਅਲ ਦੇ ਵਿੱਚ ਇੱਕ ਨੈਸ਼ਨਲ ਰਿਸਰਚ ਕਾਉਂਸਲ ਆਫ ਕੈਨੇਡਾ ਦੀ ਸਹੂਲਤ ਦੇ ਲਈ 44 ਮਿਲੀਅਨ ਡਾਲਰ ਦੀ ਅਪਗ੍ਰੇਡ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਵੱਡੇ ਪੱਧਰ ਤੇ ਐਡ 5 ਐਂਡ ਕੋਵ ਨਿਰਮਾਣ ਦੇ ਯਤਨ ਦੀ ਸੰਭਾਵਨਾ ਦੀ ਤਿਆਰੀ ਕੀਤੀ ਜਾ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ